ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁਦਾਜਤਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੀ ਸ਼੍ਰੋਮਣੀ ਅਕਾਲੀ ਦਲ ਹੁਣ ਮਲੂਕਾ ਹੋਰਾਂ 'ਤੇ ਵੀ ਕਾਰਵਾਈ ਕਰੇਗਾ? ਕੀ ਸ਼੍ਰੋਮਣੀ ਅਕਾਲੀ ਦਲ 1 ਜੂਨ ਤੋਂ ਪਹਿਲਾਂ ਸਿਕੰਦਰ ਸਿੰਘ ਮਲੂਕਾ ਨੂੰ ਵੀ ਉਸ ਰਾਹ 'ਤੇ ਤੋਰ ਦੇਵੇਗਾ ਜਿਸ ਰਾਹ 'ਤੇ ਪ੍ਰਤਾਪ ਸਿੰਘ ਕੈਰੋ ਨੂੰ ਤੋਰਿਆ? ਪ੍ਰਤਾਪ ਸਿੰਘ ਕੈਰੋ ਅਕਾਲੀ ਦਲ ਦੇ ਲੀਡਰ ਵੀ, ਕੈਬਨਿਟ ਦੇ ਮੰਤਰੀ ਵੀ ਰਹੇ। ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਅਕਾਲੀ ਦਲ 'ਚ ਲੈ ਕੇ ਆਏ ਸੀ, ਪਰ ਬਾਦਲ ਪਰਿਵਾਰ ਨਾਲ ਜੋ ਰਿਸ਼ਤਾ ਉਹ ਬਹੁਤ ਗੂੜਾ ਅਤੇ ਵੱਡਾ ਨੇੜਲਾ ਰਿਸ਼ਤਾ, ਇਹ ਤੋਂ ਵੱਡਾ ਸਤਿਕਾਰਤ ਰਿਸ਼ਤਾ ਆਪਣੇ ਪਰਿਵਾਰਾਂ 'ਚ ਕਹਿੰਦੇ ਕੋਈ ਹੁੰਦਾ ਨਹੀਂ ਜਿਸ ਨੂੰ। ਪਰ ਕਹਿੰਦੇ ਸੁਖਬੀਰ ਸਿੰਘ ਬਾਦਲ ਨੇ ਬਲਟੋਹਾ ਹੋਰਾਂ ਦੇ ਲਫਜ਼ਾਂ ਨੂੰ ਜੇ ਮੈਂ ਬ੍ਰੈਕਟਾਂ 'ਚ ਰੱਖ ਕੇ ਕਹਾਂ ਤਾਂ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਹਿੱਤਾਂ ਨੂੰ ਉੱਪਰ ਰੱਖਿਆ ਆਪਣੇ ਨਿੱਜੀ ਰਿਸ਼ਤਿਆਂ ਤੋਂ, ਇਹ ਬਿਰਸਾ ਸਿੰਘ ਬਲਟੋਹਾ ਕਹਿੰਦੇ। ਅਤੇ ਪਰ ਪ੍ਰਤਾਪ ਸਿੰਘ ਕੈਰੋਂ ਦੇ ਹੱਕ 'ਚ ਸੁਖਦੇਵ ਸਿੰਘ ਢੀਂਡਸਾ ਖੜ੍ਹੇ, ਪ੍ਰਤਾਪ ਸਿੰਘ ਕੈਰੋਂ ਦੇ ਹੱਕ 'ਚ ਬੀਬੀ ਜਗੀਰ ਕੌਰ ਆ ਖੜ੍ਹੀ। ਫਿਰ ਝੰਡਾ ਚੱਕ ਲਿਆ ਉਹਨਾਂ ਨੇ, ਕਹਿੰਦੇ ਜੀ ਆਹ ਕੀ ਆ, ਇੱਦਾਂ ਥੋੜ੍ਹਾ ਹੁੰਦਾ। ਉਹਨੇ ਕੋਈ ਜਨਤਕ ਤੌਰ 'ਤੇ ਕੋਈ ਵਿਰੋਧ ਕੀਤਾ, ਕਿਤੇ ਕੋਈ ਬਿਆਨ ਦਿੱਤਾ, ਕਿਤੇ ਕੋਈ ਕੰਮ ਕੀਤਾ? ਕਹਿੰਦੇ ਬਿਰਸਾ ਸਿੰਘ ਬਲਟੋਹੇ ਨਾਲ ਨਿੱਜੀ ਕੋਈ ਮਸਲਾ ਹੋ ਸਕਦਾ, ਪਰ ਪਾਰਟੀ ਦੇ ਖਿਲਾਫ਼ ਤਾਂ ਉਹਦਾ ਕੋਈ ਮਸਲਾ ਨਹੀਂ ਜੀ। ਪਰ ਕਹਿੰਦੇ ਜੀ ਇਹ ਅਕਾਲੀ ਦਲ ਦੀ ਮੀਟਿੰਗ 'ਚ ਫੈਸਲਾ ਕੀਤਾ ਜੀ। ਕਹਿੰਦੇ ਅਗਲੇ ਕਹਿੰਦੇ ਕਿਹੜੀ ਮੀਟਿੰਗ, ਸਾਨੂੰ ਤਾਂ ਦੱਸਿਆ ਨਹੀਂ ਜੀ। ਕਹਿੰਦੇ ਜੀ ਪ੍ਰਧਾਨ ਸਾਹਿਬ ਹੱਕ ਰੱਖਦੇ ਆ ਜੀ ਫੈਸਲਾ ਲੈਣ ਦਾ। ਚਲੋ ਸੁਖਬੀਰ ਬਾਦਲ ਦਾ ਇਸ ਫੈਸਲੇ ਤੋਂ ਬਾਅਦ ਇੱਕ ਪਾਸੇ ਇਹ ਪਹਿਲੂ ਸ਼ੁਰੂ ਹੋ ਗਿਆ ਕਿ ਕੀ ਪ੍ਰਤਾਪ ਸਿੰਘ ਕੈਰੋਂ ਦੀ ਕਾਰਵਾਈ ਸਹੀ ਹੈ ਜਾਂ ਗਲਤ, ਦੂਏ ਪਾਸੇ ਸਿਕੰਦਰ ਸਿੰਘ ਮਲੂਕਾ ਨੂੰ ਲੈ ਕੇ ਚਰਚਾ ਜ਼ੋਰ ਫੜ ਗਈ। ਹੁਣ ਬਲਵਿੰਦਰ ਸਿੰਘ ਭੁੰਦੜ ਕਹਿੰਦੇ ਦੱਸੋ ਜੀ ਮਲੂਕਾ ਹੋਰਾਂ ਨੇ ਕਿੱਥੇ ਪਾਰਟੀ ਦੇ ਖਿਲਾਫ਼ ਜਾ ਕੇ ਕੰਮ ਕੀਤਾ? ਠੀਕ ਹੈ ਜੇ ਨਹੀਂ ਨਿਕਲ ਰਹੇ ਬਾਹਰ, ਨਹੀਂ ਆ ਰਹੇ, ਪਰ ਇਹ ਥੋੜ੍ਹਾ ਕਿ ਪਾਰਟੀ ਦੇ ਖਿਲਾਫ਼ ਕੋਈ ਕੰਮ ਕੀਤਾ? ਪਰ ਇੱਕ ਵੀਡੀਓ ਚਰਚਾ 'ਚ ਆ ਗਈ ਜਿਹਦੇ ਵਿੱਚ ਤਰੀਫਾਂ ਮੋਦੀ ਜੀ ਦੀਆਂ, ਪੁਲ ਬੰਨ ਤੇ ਬਈ ਸਿਰਾ ਲਾ ਤਾ ਜਮਾਈ, ਅਤੇ ਹੁਣ ਅਕਾਲੀ ਦਲ ਵਾਲੇ ਉਹ ਵੀਡੀਓ ਘੁਮਾਈ ਜਾਂਦੇ ਨੇ, ਵਿਰੋਧੀ ਧਿਰਾਂ ਵੀ ਚਮਕਾਈ ਜਾਂਦੀਆਂ ਨੇ। ਕਿਆ ਦੇਖੋ ਜੀ, ਹੁਣ ਮਸਲਾ ਇਹ ਹੈ ਕਿ ਅਕਾਲੀ ਦਲ ਦੇ ਅੰਦਰ ਦੋ ਧਿਰਾਂ ਨੇ। ਇੱਕ ਧਿਰ ਉਹ ਹੈ ਜਿਹੜੀ ਕਹਿੰਦੀ ਹੈ ਕਿ ਮਲੂਕੇ ਦੇ ਖਿਲਾਫ਼ ਕਾਰਵਾਈ ਨਾ ਕਰੋ, ਦੂਜੀ ਧਿਰ ਕਹਿੰਦੀ ਹੈ ਕਾਰਵਾਈ ਕਰੋ, ਅਤੇ ਵਿਚਾਲੇ ਇੱਕ ਲੀਕ ਬਹੁਤ ਬਰੀਕ ਹੈ ਜਿਹੜੀ ਇਹ ਸੋਚੀ ਜਾਂਦੀ ਹੈ ਕਿ ਜੇ ਹੁਣ ਕਰੀਏ ਜਾਂ 1 ਜੂਨ ਤੋਂ ਬਾਅਦ ਕਰੀਏ। ਬਠਿੰਡਾ ਮਸਲਾ ਫਸਿਆ, ਬਠਿੰਡਾ ਸੀਟ, ਕਹਿੰਦੇ ਜੀ ਅਕਾਲੀ ਦਲ ਇੱਕੋ ਸੀਟ 'ਤੇ ਜ਼ੋਰ ਲਾ ਰਿਹਾ ਕਿ ਸ਼ਾਇਦ ਇਹੀ ਸੀਟ ਹੈ ਜਿਹੜੀ ਅਸੀਂ ਆਰਾਮ ਨਾਲ ਕੱਢ ਸਕਦੇ ਹਾਂ, ਵੈਸੇ ਦੋ ਥਾਵਾਂ 'ਤੇ ਹੋਰ ਅਕਾਲੀ ਦਲ ਮੁਕਾਬਲੇ 'ਚ ਦਿਖਦਾ। ਹਾਂ, ਫੈਸਲਾ ਕੁੱਲ ਧਿਰ 'ਚੋਂ ਕਿਤੇ ਵੀ ਹੋਏਗਾ, ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਵਧਣ ਦੇ ਆਸਾਰ ਨੇ। ਉਹ ਨਤੀਜਿਆਂ 'ਚ ਬਦਲਦੇ ਆ ਕਿ ਨਹੀਂ ਇਹ ਵੱਖਰਾ ਸਵਾਲ ਹੈ, ਪਰ ਵੋਟ ਬੈਂਕ ਕਹਿੰਦੇ ਅਕਾਲੀ ਦਲ ਦਾ ਪਹਿਲਾਂ ਨਾਲੋਂ ਥੋੜ੍ਹਾ ਜਿਹਾ ਕਹਿੰਦੇ ਮੁੜਨਾ ਹੈ, ਜਿਹੜਾ ਘਰਾਂ 'ਚ ਗਿਆ ਸੀ ਖਾਸ ਕਰ ਆਪ ਵਾਲੇ ਪਾਸੇ ਗਿਆ ਵੋਟ ਬੈਂਕ ਮੁੜਨਾ, ਅਤੇ ਉਹਦੇ ਨਾਲ ਕਹਿੰਦੇ ਉਹਨੂੰ ਲੱਗਦਾ ਕਿ ਸਾਡਾ ਥੋੜ੍ਹਾ ਜਿਹਾ ਵੋਟ ਬੈਂਕ ਪਹਿਲਾਂ ਨਾਲੋਂ ਮਜ਼ਬੂਤ ਹੋਏਗਾ, ਪਰ ਉਹ ਨਤੀਜਿਆਂ 'ਚ ਬਦਲੇਗਾ ਕਿ ਨਹੀਂ ਇਹ ਸਮਾਂ ਦੱਸੇਗਾ। ਜਿੱਥੇ 4 ਕੋਣਾ 5 ਕੋਣਾ ਮੁਕਾਬਲਾ ਵੱਧ ਬਣੇਗਾ ਉੱਥੇ ਆਸ ਦੀ ਕਿਰਨ ਵੱਧ ਜਾਵੇਗੀ, ਪਰ 3 ਸੀਟਾਂ 'ਤੇ ਮੁਕਾਬਲਾ ਹੈਗਾ। ਮੈਂ ਇਕੱਲੀ ਇਕੱਲੀ ਸੀਟ 'ਤੇ ਆਊਂਗਾ ਅੱਜ। ਪਰ ਇੱਧਰ ਸਿਕੰਦਰ ਸਿੰਘ ਮਲੂਕਾ ਹੋਰਾਂ 'ਤੇ ਕਹਿੰਦੇ ਬਠਿੰਡਾ ਸੀਟ ਦੇ ਡਰ ਤੋਂ ਅਕਾਲੀ ਦਲ ਫਿਲਹਾਲ ਕਾਰਵਾਈ ਕਰਨ ਨੂੰ ਟਲ ਰਿਹਾ, ਟਾਲਾ ਵੱਟ ਰਿਹਾ ਕਿ ਜੇ ਕਾਰਵਾਈ ਕਰਨੀ ਵੀ ਹੋਈ ਤਾਂ 1 ਜੂਨ ਤੋਂ ਵੋਟਾਂ ਤੋਂ ਬਾਅਦ ਕਰਾਂਗੇ। ਚਲੋ ਹੁਣ ਆਪਾਂ ਵੋਟਾਂ 'ਤੇ ਹੀ ਆ ਜਾਈਏ। ਕਹਿੰਦੇ ਜੀ ਪੰਜਾਬ ਦੇ ਵਿੱਚ 3 ਸੀਟਾਂ ਦੇ ਉੱਤੇ ਰਵਾਇਤੀ ਪਾਰਟੀਆਂ ਨੂੰ ਤਰੇੜੀਆਂ ਆ ਗਈਆਂ। ਰਵਾਇਤੀ ਪਾਰਟੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਅਕਾਲੀ ਦਲ। ਕੇਂਦਰ ਦੀ ਸੱਤਾ ਦੇ ਹਵਾਲੇ ਨਾਲ ਭਾਜਪਾ, ਪੰਜਾਬ ਦੀ ਸੱਤਾ ਦੇ ਹਵਾਲੇ ਨਾਲ ਆਮ ਆਦਮੀ ਪਾਰਟੀ, ਅਤੇ ਵਿਰੋਧੀ ਧਿਰ ਦੇ ਹਵਾਲੇ ਨਾਲ ਕਾਂਗਰਸ ਅਤੇ ਫਿਰ ਅਕਾਲੀ ਦਲ। ਇਹ 4 ਰਵਾਇਤੀ ਪਾਰਟੀਆਂ ਆਪਣੇ ਆਪ ਨੂੰ ਹਰ ਸੀਟ 'ਤੇ ਮੋਹਰੀ ਮੰਨ ਕੇ ਚੱਲ ਰਹੀਆਂ, ਅਤੇ ਜ਼ਿਆਦਾਤਰ ਤਕੋਣਾ ਮੁਕਾਬਲਾ ਜਾਂ ਚਕੋਣਾ ਮੁਕਾਬਲਾ
ਪਰ ਜਿਉਂ ਜਿਉਂ ਚੋਣ ਪਿੜ ਭਖਣ ਲੱਗੀ ਪੰਜਾਬ 'ਚ ਗੱਲ ਇਹ ਉੱਠਣ ਲੱਗੀ ਕਿ ਨਹੀਂ ਜੀ ਇਸ ਵਾਰ ਤਾਂ ਮੁਕਾਬਲਾ ਆਪ ਅਤੇ ਕਾਂਗਰਸ 'ਚ ਆ। ਪੰਜਾਬ 'ਚ ਇੱਕ ਚਰਚਾ ਚੱਲੀ ਕਿ ਇਸ ਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ 'ਚ ਮੁਕਾਬਲਾ, ਜਦੋਂ ਕਿ ਭਾਜਪਾ ਵੀ ਅਕਾਲੀ ਦਲ ਵੀ ਇਹ ਕਹਿੰਦਾ ਰਿਹਾ ਅਤੇ ਲੋਕਾਂ ਨੂੰ ਵੀ ਇਹ ਪਤਾ ਹੈ ਕਿ ਭਾਈ ਇੱਕੋ ਨੇ, ਇੱਕੋ ਥੈਲੀ ਦੇ ਚੱਟੇ ਵੱਟੇ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇਸ਼ 'ਚ ਗੱਠਜੋੜ ਕਰਕੇ ਲੜ ਰਹੇ ਨੇ, ਦਿੱਲੀ ਜਾ ਕੇ ਇਕੱਠੇ ਹੋ ਜਾਣਾ। ਅਤੇ ਜਦੋਂ ਕਿ ਦੇਸ਼ ਪੱਧਰ 'ਤੇ ਇਹ ਵੀ ਚਰਚਾ ਕਿ ਆਮ ਆਦਮੀ ਪਾਰਟੀ ਹੋਈ ਭਾਜਪਾ ਦਾ ਵਿੰਗਾ, ਬੜੀ ਕਮਾਲ ਦੀ ਗੱਲ ਨੇ ਜੀ, ਹੁਣ ਲਾਈ ਜਾਓ ਹਿਸਾਬ ਕਿਤਾਬ ਕਿ ਹੁਣ ਕਿਹਦਾ ਵਿੰਗਾ ਕਿਹਦਾ ਨਹੀਂ ਹੈ। ਪਰ ਚੋਣ ਮਾਹੌਲ ਦੇ ਵਿੱਚ ਇਹ ਚਰਚਾ ਜਦੋਂ ਛਿੜੀ ਕਿ ਭਾਈ ਆਪ ਅਤੇ ਕਾਂਗਰਸ ਦਾ ਪੰਜਾਬ 'ਚ ਮੁਕਾਬਲਾ ਬਣ ਰਿਹਾ, ਕਈ ਥਾਂ ਤਿਕੋਣਾ ਮੁਕਾਬਲਾ ਹੈ, ਇੱਕ ਅੱਧੀ ਸੀਟ 'ਤੇ ਬੀਜੇਪੀ ਮੁਕਾਬਲੇ 'ਚ ਹੈ, ਦੋ ਕੁ ਸੀਟਾਂ 'ਤੇ ਕਾਂਗਰਸ ਮੁਕਾਬਲੇ 'ਚ ਹੈ, ਪਰ ਅਚਾਨਕ ਪਿਛਲੇ 3-4 ਦਿਨਾਂ ਤੋਂ ਪੰਜਾਬ ਦੀ ਫਿਜ਼ਾ 'ਚ ਅਜਿਹਾ ਮੋੜ ਆਇਆ ਕਿ 3 ਸੀਟਾਂ ਨੇ ਸਾਰਾ ਹਿਸਾਬ ਕਿਤਾਬ ਕਹਿੰਦੀ ਰਵਾਇਤੀ ਪਾਰਟੀਆਂ ਦਾ ਬਦਲ ਕੇ ਰੱਖਤਾ। ਮੈਂ ਹਲਕਾ ਖੰਡੂਰ ਸਾਹਿਬ ਤੋਂ ਗੱਲ ਸ਼ੁਰੂ ਕਰਦਾ। ਖੰਡੂਰ ਸਾਹਿਬ ਹਲਕੇ ਤੋਂ ਲਾਲਜੀਤ ਭੁੱਲਰ ਟਿਕਟ ਮਿਲਦੇ ਹੀ ਚਰਚਾ 'ਚ ਆ ਗਏ, ਜਦੋਂ ਮਾਮਲਾ ਆਇਆ ਸਾਹਮਣੇ ਰਾਮਗੜੀਆ ਭਾਈਚਾਰਾ ਅਤੇ ਸੁਨਿਆਰਾ ਭਾਈਚਾਰੇ ਵਾਲੇ ਦਾ। ਪਰ ਇੱਧਰ ਇਹਦੇ ਮੁਕਾਬਲੇ ਦੇ ਵਿੱਚ ਕੁਲਵੀਰ ਜੀਰਾ, ਬਿਰਸਾ ਸਿੰਘ ਬਲਟੋਹਾ ਅਤੇ ਮਨਜੀਤ ਸਿੰਘ ਮੰਨਾ, ਲੋਕ ਸੋਚੀ ਜਾਣ ਕਿ ਚਾਰਾਂ 'ਚੋਂ ਪਤਾ ਨਹੀਂ ਯਾਰ ਕਿਹਦਾ ਬਣਨਾ, ਮੰਨੇ ਦਾ ਤਾਂ ਪਤਾ ਨਹੀਂ, ਔਖਾ ਨਾ ਹੋ ਜਾਵੇ, ਬਿਰਸਾ ਸਿੰਘ ਬਲਟੋਹਾ ਫਾਇਦਾ ਕਰਨਗੇ ਨੁਕਸਾਨ ਕਰਨਗੇ, ਜੀਰੇ 'ਤੇ ਲਾਲਜੀਤ 'ਚ ਮੁਕਾਬਲਾ ਹੋਊਗਾ, ਇੰਝ ਚਰਚਾ ਚੱਲੀ ਜਾਵੇ। ਜਦੋਂ ਡਿਬਰੂਗੜ੍ਹ ਜੇਲ੍ਹ 'ਚੋਂ ਕਾਗਜ਼ ਭਰੇ ਅੰਮ੍ਰਿਤਪਾਲ ਸਿੰਘ ਨੇ ਅਤੇ ਪਰਿਵਾਰ ਤੁਰਿਆ, ਪਿੰਡਾਂ ਦੇ ਲੋਕ ਤੁਰੇ, ਚਰਚਾ ਹੋ ਗਈ ਕਿ ਬਈ ਪਿੰਡਾਂ 'ਚ ਅੰਮ੍ਰਿਤਪਾਲ ਨੂੰ ਵੋਟ ਪੈ ਜਾਣੀਆਂ, ਇਹਦੇ ਨਾਲ ਕਹਿੰਦੇ ਕਿ ਜਿੱਤ ਹਾਰ ਦੇ ਨਤੀਜੇ ਬਦਲ ਜਾਣੇ। ਇਹ ਬਾਕੀ ਪਾਰਟੀਆਂ ਵੀ ਅੰਮ੍ਰਿਤਪਾਲ ਦੀ ਐਂਟਰੀ ਤੋਂ ਬਾਅਦ, ਉਮੀਦਵਾਰ ਵੀ, ਪਾਰਟੀਆਂ ਵੀ, ਏਜੰਸੀਆਂ ਵੀ, ਮੀਡੀਆ ਵੀ, ਇਹ ਮੰਨ ਕੇ ਚੱਲਣ ਲੱਗਿਆ ਕਿ ਅੰਮ੍ਰਿਤਪਾਲ ਦੀ ਐਂਟਰੀ ਨੇ ਕਈਆਂ ਦੇ ਨਤੀਜੇ ਵਿਗਾੜ ਦੇਣੇ ਆ, ਉਹ ਇਹ ਜਿੱਤ ਹਾਰ ਤੈਅ ਕਰ ਸਕਦੇ ਆ ਕਿ ਵੋਟ ਕਿੰਨੀ ਪੈਂਦੀ ਅੰਮ੍ਰਿਤਪਾਲ ਨੂੰ। ਪਰ ਜਿਉਂ ਜਿਉਂ ਚੋਣ ਨੇੜੇ ਗਈ ਮਾਹੌਲ ਅਜਿਹਾ ਭਖਣ ਲੱਗਾ, ਕਹਿੰਦੇ ਜੀ ਅੰਮ੍ਰਿਤਪਾਲ ਤਾਂ ਫੀਤੇ ਨੂੰ ਵੀ ਛੂ ਸਕਦਾ, ਲਾਲ ਫੀਤੇ, ਆਹ ਜਿਹੜੇ ਭੱਜੇ ਫਿਰਦੇ ਸੀ ਕਹਿੰਦੇ ਜੀ ਉਹਨਾਂ ਦੇ ਬਰਾਬਰ ਹੈ, ਹੁਣ ਤਾਂ ਕੰਮ ਮੋਹਰੇ ਵੀ ਹੋ ਸਕਦਾ ਜੀ ਕਹਿੰਦੇ। ਸੋ ਹੁਣ ਜਿਹੜੇ ਇਹ ਹਿਸਾਬ ਕਿਤਾਬ ਲਾਉਂਦੇ ਸੀ ਕਿ ਕਿਹਦੀ ਵੋਟ ਕੱਟੂਗਾ, ਕਿਹਨੂੰ ਜਾਊਗੀ, ਕਿਹਨੂੰ ਫਾਇਦਾ ਹੋਊਗਾ, ਹੁਣ ਉਹਨਾਂ ਨੂੰ ਫਿਕਰ ਪੈ ਗਿਆ ਕਿ ਪਤਾ ਨਹੀਂ ਸਾਡੀ ਵਾਰੀ ਆਊਗੀ ਕਿ ਨਹੀਂ ਆਊਗੀ। ਸੋ ਆਹ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਐਂਟਰੀ ਨੇ ਖੰਡੂਰ ਸਾਹਿਬ ਹਲਕੇ ਤਾਂ ਪ੍ਰਭਾਵ ਛੱਡਿਆ ਹੀ ਛੱਡਿਆ, ਇਹਦਾ ਅਸਰ ਹੁਣ ਫਰੀਦਕੋਟ ਤੋਂ ਲੈ ਕੇ ਸੰਗਰੂਰ ਤੱਕ ਦਿਖਣ ਲੱਗਿਆ। ਪਿਛਲੇ 3-4 ਦਿਨਾਂ ਤੋਂ ਫਰੀਦਕੋਟ ਹਲਕੇ ਦੀ ਸਥਿਤੀ ਪਲਟ ਕੇ ਰਹੇਗੀ, ਜਿੱਥੋਂ ਇਹ ਮੰਨਿਆ ਜਾ ਰਿਹਾ ਸੀਗਾ ਕਿ ਕਰਮਜੀਤ ਅਨਮੋਲ ਤਾਂ ਕੱਢ ਕੇ ਲੈ ਗਿਆ ਸੀਟ, ਅਗਲੇ ਕਹਿੰਦੇ ਕਿ ਸਭ ਤੋਂ ਤਕੜੇ ਸੈਂ ਆਪਣੇ ਨੇੜਲੇ ਮਿੱਤਰਾਂ 'ਚੋਂ ਮਿੱਤਰ, ਕਲਾਕਾਰਾਂ 'ਚੋਂ ਕਲਾਕਾਰ, ਸਾਊ ਬੰਦਿਆਂ 'ਚੋਂ ਸਾਊ ਬੰਦਾ ਕਰਮਜੀਤ ਅਨਮੋਲ 'ਤੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ, ਗੱਲ ਤਾਂ ਵੱਟ 'ਤੇ ਪਈ ਹੈ ਕਹਿੰਦੇ। ਚਲੋ ਉੱਥੇ ਬੇਸ਼ੱਕ ਰਾਜਵਿੰਦਰ ਸਿੰਘ ਹੋਰੀ ਅਕਾਲੀ ਦਲ ਤੋਂ ਟਿਕਟ ਲਿਆ, ਅਮਰਜੀਤ ਕੌਰ ਸਾਹੂ ਕੇ ਨੇ ਵੀ ਪੂਰਾ ਆਪਣਾ, ਕਿਉਂਕਿ ਕਾਂਗਰਸ ਕੋਲ ਵੀ ਅਕਾਲੀ ਦਲ ਕੋਲ ਇੱਕ ਵੋਟ ਬੈਂਕ ਹੈ, ਉਹਨਾਂ ਨੂੰ ਵੀ ਪੂਰਾ ਆਪਣਾ ਜ਼ੋਰ ਲਾਇਆ ਹੋਇਆ। ਪਰ ਹੰਸਰਾਜ ਹੰਸ ਚਰਚਾ 'ਚ, ਚਰਚਾ ਤੋਂ ਵੱਧ ਕੇ ਉਹ ਸਾਊਪਣੇ ਵਾਲਾ ਕਾਂਡ, ਉਹ ਧਮਕੀ ਵਾਲਾ ਕਾਂਡ, ਉਹ ਗੱਡੀ ਵਾਲਾ ਮਸਲਾ, ਅਤੇ ਉਹ ਕਰ ਕਰਾ ਕੇ ਜੀ ਉਹਨਾਂ ਨੇ ਆਪਣਾ ਇੱਕ ਪੱਕਾ ਜਿਹਾ ਵੋਟ ਬੈਂਕ ਤਿਆਰ ਕਰ ਲਿਆ, ਅਤੇ ਹੁਣ ਠੀਕ ਠਾਕ ਵੋਟ ਪੈ ਜਾਣੀ। ਹੁਣ ਹੰਸਰਾਜ ਨੂੰ ਠੀਕ ਠਾਕ ਵੋਟ ਪੈਂਦੀ ਆ, ਅਤੇ ਕਰਮਜੀਤ ਅਨਮੋਲ ਜਿਹੜਾ ਪੱਕੀ ਆਪਣੀ ਸੀਟ ਮੰਨ ਕੇ ਚੱਲ ਰਹੇ ਨੇ, ਅਤੇ ਉਹ ਸਭ ਦੇ ਵਿਚਾਲੇ ਸਰਬਜੀਤ ਸਿੰਘ ਪਿੰਡਾਂ 'ਚੋਂ ਨਿਕਲ ਕੇ ਹਾਈਵੇ 'ਤੇ ਚੜ੍ਹਦੇ ਨੇ, ਅਤੇ ਹੁਣ ਕਹਿੰਦੇ ਕਿ ਗੱਡੀ ਸਪੀਡ ਫੜਨ ਲੱਗੀ ਆ ਸਰਬਜੀਤ ਸਿੰਘ ਦੀ। ਪਿਛਲੇ 3-4 ਦਿਨਾਂ ਸਰਬਜੀਤ ਸਿੰਘ ਖਾਲਸਾ, ਬੇਅੰਤ ਸਿੰਘ ਉਹਨਾਂ ਦੇ ਮੁੰਡੇ, ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ, ਅਤੇ
ਚਾਹੇ ਖੰਡੂਰ ਸਾਹਿਬ ਵਾਲਾ ਅਸਰ ਅਤੇ ਚਾਹੇ ਸਰਬਜੀਤ ਹੋਰਾਂ ਦੀ ਭਖ ਰਹੀ ਆਪ ਮਹਾਰੇ ਚੋਣ ਮੁਹਿੰਮ। ਅਤੇ ਜਦੋਂ ਆਪ ਮਹਾਰੇ ਚੋਣ ਮੁਹਿੰਮ ਭਖਦੀ ਹੈ, ਚਾਹੇ ਅੰਮ੍ਰਿਤਪਾਲ ਦੀ ਚਾਹੇ ਸਰਬਜੀਤ ਦੀ, ਹੁਣ ਆਪਾਂ ਸਿਧਾਂਤ 'ਤੇ ਨਹੀਂ ਅੱਜ ਗੱਲ ਕਰਦੇ, ਕਿਹੜਾ ਕਿਹੜਾ ਕਿਸ ਕਿਸ ਸਿਧਾਂਤ ਦਾ, ਚਾਹੇ ਭਾਜਪਾ ਹੀ ਨੇ, ਚਾਹੇ ਅਕਾਲੀ ਨੇ, ਚਾਹੇ ਕਾਂਗਰਸੀ ਨੇ, ਚਾਹੇ ਆਪ ਵਾਲੇ ਨੇ, ਚਾਹੇ ਆਜ਼ਾਦ ਨੇ, ਉਹਨਾਂ ਦੇ ਸਿਧਾਂਤ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ ਹੋ, ਆਪਾਂ ਸਹਿਮਤ ਹਾਂ ਜਾਂ ਨਹੀਂ ਹਾਂ, ਇਹ ਸਾਰੇ ਪਹਿਲੂ ਵੱਖਰੇ ਨੇ। ਪਰ ਅੱਜ ਚੋਣ ਪਿੜ ਦੇ ਵਿੱਚ ਚਰਚਾ ਕਿਹਦੀ ਆ, ਰੇਸ 'ਚ ਕੌਣ ਕੌਣ ਆ ਅਤੇ ਕਿਹੜਾ ਮੂਹਰੇ ਲੰਘਣ ਨੂੰ ਫਿਰਦਾ, ਮੈਂ ਉਸ ਬਾਰੇ ਨਾਲ ਗੱਲ ਕਰ ਰਿਹਾ। ਇਸ ਲਈ ਖੰਡੂਰ ਸਾਹਿਬ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਹੋਰਾਂ ਦੀ ਗੱਡੀ ਨੇ ਕਹਿੰਦੇ ਹੁਣ ਪਿੰਡਾਂ 'ਚੋਂ ਨਿਕਲ ਕੇ, ਹੈਂ ਪਿੰਡਾਂ ਵਾਲੇ ਪਿਹਾਂ 'ਚੋਂ ਨਿਕਲ ਕੇ, ਅਤੇ ਕਹਿੰਦੇ ਜੀ ਨੈਸ਼ਨਲ ਹਾਈਵੇ 'ਤੇ ਅਜਿਹੀ ਸਪੀਡ ਫੜੀ ਆ ਕਿ ਫਿਕਰ ਪੈ ਗਿਆ। ਸੋ ਕਹਿੰਦੇ ਗੱਡੀ ਹੁਣ ਕਰਮਜੀਤ ਅਨਮੋਲ ਦੇ ਬਰਾਬਰ ਭੱਜ ਰਹੀ ਹੈ, ਅਤੇ ਕੁਛ ਵੀ ਹੋ ਸਕਦਾ ਅਗਲੇ 3 ਦਿਨਾਂ 'ਚ। ਇਹ ਅਸਰ ਸਿਮਰਜੀਤ ਮਾਨ ਦੀ ਚੋਣ ਮੁਹਿੰਮ ਫਿਰ ਵਿਖਾ ਗਿਆ। ਸੰਗਰੂਰ ਦੇ ਵਿੱਚ ਟਿਕਟ ਮਿਲੀ ਗੁਰਮੀਤ ਸਿੰਘ ਮੀਥੇਅਰ ਨੂੰ ਆਮ ਆਦਮੀ ਪਾਰਟੀ ਦੀ, ਅਤੇ ਭਗਵੰਤ ਮਾਨ ਨੂੰ ਕਹਿੰਦੇ ਸਾਡੀ ਆਮ ਆਦਮੀ ਪਾਰਟੀ ਦੀ ਨਰਸਰੀ ਆ। ਅਤੇ ਪਰ ਪਿਛਲੀ ਵਾਰ ਮੌਜੂਦਾ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਨੇ ਜਿਹੜੇ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਰਾ ਕੇ ਜਿੱਤੇ। ਪਰ ਜਦੋਂ ਖਹਿਰੇ ਨੂੰ ਟਿਕਟ ਮਿਲ ਗਈ ਨਾਲ ਕਾਂਗਰਸ ਵੱਲੋਂ, ਤਾਂ ਚਰਚਾ 'ਚ ਦੋ ਹੀ ਨਾਂ ਚੱਲੇ। ਬੇਸ਼ੱਕ ਇਕਬਾਲ ਸਿੰਘ ਝੂੰਦਾ ਅਕਾਲੀ ਦਲ ਵੱਲੋਂ ਸੀ, ਬੇਸ਼ੱਕ ਭਾਜਪਾ ਵੱਲੋਂ ਅਰਵਿੰਦ ਖੰਨਾ ਸੀ, ਅਤੇ ਬੇਸ਼ੱਕ ਮੌਜੂਦਾ ਐਮ ਪੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਜੀਤ ਸਿੰਘ ਮਾਨ ਮੈਦਾਨ 'ਚ ਸੀ। ਪਰ ਮੀਥੇਅਰ ਅਤੇ ਖਹਿਰਾ, ਮੀਡੀਆ 'ਚ ਵੀ ਦੋਵਾਂ ਦੀ ਗੱਲ, ਪਿੰਡਾਂ 'ਚ ਵੀ ਦੋਵਾਂ ਦੀ ਗੱਲ, ਅਤੇ ਪਰ ਸਿਮਰਜੀਤ ਮਾਨ ਆਰਾਮ ਨਾਲ ਆਪਣਾ ਗੱਡਾ ਤੋਰੀ ਰੱਖਿਆ ਉਹਨਾਂ ਨੇ, ਚਲੋ ਚੱਲ ਕੰਮ ਚੱਲੀ ਗਿਆ। ਅਤੇ ਪਰ ਹੁਣ ਆ ਖੰਡੂਰ ਸਾਹਿਬ ਹਲਕਾ, ਆ ਫਰੀਦਕੋਟ ਹਲਕਾ, ਜਾਂ ਆ ਨੇੜੇ ਆ ਕੇ ਚੱਕਰੀ ਅਜਿਹੀ ਘੁੰਮੀ ਕਿ ਸਿਮਰਜੀਤ ਮਾਨ ਵੀ ਦੌੜ 'ਚ ਬਰਾਬਰ ਆ ਖੜ੍ਹੇ, ਚਰਚਾ 'ਚ ਬਰਾਬਰ ਆ ਖੜ੍ਹੇ, ਰੇਸ 'ਚ ਬਰਾਬਰ ਆ ਖੜ੍ਹੇ। ਹੁਣ ਜੇ ਖਹਿਰੇ ਦੀ ਚਰਚਾ ਕਰਦੇ ਹੋ ਤਾਂ ਤੁਹਾਨੂੰ ਸਿਮਰਜੀਤ ਮਾਨ ਦੀ ਕਰਨੀ ਪੈਣੀ ਹੈ, ਜੇ ਤੁਸੀਂ ਮੀਥੇਅਰ ਦੀ ਚਰਚਾ ਕਰਦੇ ਹੋ ਤਾਂ ਤੁਹਾਨੂੰ ਸਿਮਰਜੀਤ ਮਾਨ ਦੀ ਕਰਨੀ ਪੈਣੀ ਹੈ। ਸਿਮਰਜੀਤ ਮਾਨ ਦੀ ਚਰਚਾ ਕਰੋਗੇ ਤਾਂ ਉਹਨਾਂ ਨਾਲ ਮੀਥੇਅਰ ਅਤੇ ਖਹਿਰੇ ਦੀ ਚਰਚਾ ਵੀ ਕਰਨੀ ਪੈਣੀ। ਸੋ ਇਸ ਲਈ ਹੁਣ ਕਹਿੰਦੇ ਜੀ 3 ਘੋੜੇ ਭੱਜ ਰਹੇ ਨੇ, ਕਿਹੜਾ ਘੋੜਾ ਬਾਜੀ ਮਾਰੂਗਾ ਦੇਖਣ ਵਾਲੀ ਗੱਲ। ਹਾਂ, ਚਰਚਾ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੀ ਵੀ ਆ, ਮਾਲਵਿੰਦਰ ਕੰਗ, ਵਿਜਿੰਦਰ ਸਿੰਗਲਾ, ਅਤੇ ਇਹ ਸੀਟ ਦੇ ਉੱਤੇ ਹੁਣ ਪ੍ਰੇਮ ਸਿੰਘ ਚੰਦੂਮਾਜਰਾ ਪੂਰੀ ਤਰ੍ਹਾਂ ਮੁਕਾਬਲੇ 'ਚ ਨੇ। ਕਹਿੰਦੇ ਜੀ ਇੱਥੇ ਤਿਕੋਣਾ ਮੁਕਾਬਲਾ ਬਣ ਗਿਆ, ਅਜਿਹਾ ਤਿਕੋਣਾ ਮੁਕਾਬਲਾ ਤਾਂ ਕਹਿੰਦੇ ਫਿਰੋਜ਼ਪੁਰ 'ਚ ਵੀ ਬਣਦਾ ਜਾ ਰਿਹਾ। ਸ਼ੇਰ ਸਿੰਘ ਘੁਬਾਇਆ ਬਰਾੜ ਹੋਰੀ ਕਹਿੰਦੇ ਐੱਮ ਐੱਲ ਏ ਨੇ, ਵੈਸੇ ਉਹਨਾਂ ਨੂੰ ਕਹਿੰਦੇ ਪਛਾਣ ਵੀ ਔਖਾ ਹੋ ਰਹੀ ਆ, ਹੈਂ ਪਰ ਕਹਿੰਦੇ ਜੀ ਸ਼ੇਰ ਸਿੰਘ ਘੁਬਾਇਆ ਅਤੇ ਨਰਦੇਵ ਸਿੰਘ ਬੋਬੀ ਮਾਨ ਹੋਰੀ ਕਹਿੰਦੇ ਜੀ ਇਹਨਾਂ ਨੇ। ਚਲੋ ਇਸੇ ਤਰ੍ਹਾਂ ਕਹਿੰਦੇ ਜੀ ਇੱਧਰ ਸੁਖਜਿੰਦਰ ਰੰਧਾਵਾ ਅਤੇ ਕਹਿੰਦੇ ਜੀ ਦਿਨੇਸ਼ ਬੱਬੂ, ਇਹਨਾਂ 'ਚ ਮੁਕਾਬਲਾ ਬਣ ਗਿਆ ਗੁਰਦਾਸਪੁਰ ਹਲਕੇ 'ਚ। ਪਰ ਜਲੰਧਰ ਦੀ ਗੱਲ ਕਰੀਏ ਤਾਂ ਇੱਥੇ ਤਾਂ ਕਹਿੰਦੇ 5 ਕੋਣਾ ਮੁਕਾਬਲਾ, ਚਾਹੇ ਬਲਵਿੰਦਰ ਹੋਰੀ ਨੇ ਮੈਦਾਨ 'ਚ, ਹੈਂ ਅਤੇ ਚਾਹੇ ਸੁਸ਼ੀਲ ਰਿੰਕੂ ਹੋਵੇ, ਚਾਹੇ ਕੇ ਪੀ ਹੋਵੇ, ਚਾਹੇ ਟੀਨੂ ਹੋਵੇ, ਪਰ ਕਹਿੰਦੇ ਚੰਨੀ ਨੇ ਬਹੁਤ ਮਹਿਮ ਪਕਾਈ ਹੋਈ ਹੈ। ਸੋ ਇੱਥੇ ਚੰਨੀ ਹੋਰਾਂ ਦੀ ਚਰਚਾ ਖੂਬ। ਸੋ ਇਸੇ ਤਰ੍ਹਾਂ ਲੁਧਿਆਣਾ ਅਤੇ ਬਠਿੰਡਾ ਸੀਟ ਇਸ ਵਾਰ ਸਭ ਤੋਂ ਵੱਧ ਚਰਚਾ 'ਚ ਹੈ। ਕਹਿੰਦੇ ਜੀ ਬਠਿੰਡਾ ਦੇ ਵਿੱਚ ਅਕਾਲੀ ਦਲ ਨੂੰ ਸਭ ਤੋਂ ਵੱਧ ਆਸ ਜਿੱਥੇ ਹੈਗੀ ਹੈ ਉਹ ਕਹਿੰਦੇ ਬਠਿੰਡਾ 'ਚ, ਪਰ ਅਕਾਲੀ ਦਲ ਆਪਣੇ ਆਪ ਨੂੰ ਅਨੰਦਪੁਰ ਸਾਹਿਬ ਹਲਕੇ 'ਚ ਵੀ ਅਤੇ ਅਕਾਲੀ ਦਲ ਆਪਣੇ ਆਪ ਨੂੰ ਫਿਰੋਜ਼ਪੁਰ ਹਲਕੇ 'ਚ ਵੀ ਪੂਰੇ ਮੁਕਾਬਲੇ 'ਚ ਮੰਨਦਾ। ਫਿਰੋਜ਼ਪੁਰ ਮੌਜੂਦਾ ਮੈਂਬਰ ਪਾਰਲੀਮੈਂਟ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਸੀ, ਪ੍ਰੇਮ ਸਿੰਘ ਚੰਦੂਆ ਅਨੰਦਪੁਰ ਸਾਹਿਬ ਤੋਂ ਇੱਕ ਵਾਰ ਐੱਮ ਪੀ ਰਹੇ, ਇੱਕ ਵਾਰ ਹਾਰੇ ਵੀ। ਸੋ ਇੱਧਰ ਮਾਲਵਿੰਦਰ ਕੰਗ ਹੋਰਾਂ ਨੂੰ ਪੂਰੀ ਆਸ ਹੈ। ਸੋ ਕੰਗ ਦੇ ਨਾਲ ਮੁਕਾਬਲਾ
ਜਿੱਥੇ ਇਕੱਲਾ ਇਕੱਲੇ ਵਿਜੇਂਦਰ ਸਿੰਗਲਾ ਦਾ ਮੰਨਿਆ ਜਾ ਰਿਹਾ ਸੀ, ਉੱਥੇ ਨੂੰ ਚੰਦੂਮਾਜਰੇ ਦਾ ਵੀ ਅਤੇ ਪਰ ਬਠਿੰਡਾ ਅਤੇ ਲੁਧਿਆਣਾ, ਕਹਿੰਦੇ ਬਠਿੰਡੇ 'ਚ ਹੁਣ ਸਿੱਧਾ ਮੁਕਾਬਲਾ ਅਤੇ ਲੁਧਿਆਣੇ 'ਚ ਵੀ ਹੁਣ ਸਿੱਧਾ ਮੁਕਾਬਲਾ। ਬਠਿੰਡਾ 'ਚ ਕਹਿੰਦੇ ਖੁੱਡੀਆਂ ਅਤੇ ਹਰਸਿਮਰਤ ਕੌਰ 'ਚ ਸਿੱਧਾ ਮੁਕਾਬਲਾ, ਅਤੇ ਕਹਿੰਦੇ ਅਕਾਲੀ ਦਲ ਨੂੰ ਆਸ ਹੈ ਕਿ ਸ਼ਾਇਦ ਆਹੀ ਸੀਟ ਜਿਹੜੀ ਖੜ੍ਹ ਸਕਦੇ ਹਾਂ, ਪਰ ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਤੱਕ ਖੁੱਡੀਆਂ ਲਈ ਜ਼ੋਰ ਲਾ ਰਹੇ ਨੇ। ਅਤੇ ਇੱਧਰ ਲੁਧਿਆਣੇ 'ਚ ਕਹਿੰਦੇ ਜੀ ਬਿੱਟੂ ਨੂੰ ਜੇ ਪ੍ਰਵਾਸੀ ਮਜ਼ਦੂਰਾਂ ਤੋਂ ਆਸ ਹੈ ਤਾਂ ਬਿੱਟੂ ਨੂੰ ਕਹਿੰਦੇ ਆਪਣੇ ਘਰੋਂ ਖਤਰਾ ਵੀ ਹੈ। ਰਾਜਾ ਵੜਿੰਗ ਨੂੰ ਬਾਹਰੀ ਹੋਣ ਦਾ ਵੀ ਫਿਕਰ ਹੈ, ਬੇਸ਼ੱਕ ਆਪ ਨੇ ਇੱਥੇ ਪੱਪੀ ਪਰਾਸ਼ਰ MLA ਨੂੰ ਉਤਾਰਿਆ ਹੋਵੇ, ਬੇਸ਼ੱਕ ਇੱਥੋਂ ਰਣਜੀਤ ਸਿੰਘ ਢਿੱਲੋਂ ਹੋਰੀ ਅਕਾਲੀ ਦਲ ਵੱਲੋਂ ਹੋਣ, ਪਰ ਸਿੱਧਾ ਮੁਕਾਬਲਾ ਕਹਿੰਦੇ ਜੀ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ 'ਚ ਹੈ। ਸੋ ਹੁਣ ਸਥਿਤੀ ਥੋੜ੍ਹੀ ਥੋੜ੍ਹੀ ਸਾਫ਼ ਹੋਣ ਲੱਗੀ ਆ ਪੰਜਾਬ 'ਚ, ਅਤੇ ਬਾਜੀ ਕੌਣ ਮਾਰਦਾ ਇਹ ਦੇਖਣ ਵਾਲੀ ਗੱਲ ਹੈ। ਪਰ ਤਿੰਨ ਹਲਕਿਆਂ ਦੇ ਵਿੱਚ ਪਿਛਲੇ 3-4 ਦਿਨਾਂ ਤੋਂ ਜੋ ਨਵੀਂ ਹਵਾ ਵਗੀ ਹੈ ਉਸ ਹਵਾ ਨੇ ਤਰੇੜੀਆਂ ਲਿਆਤੀਆਂ ਰਵਾਇਤੀ ਪਾਰਟੀਆਂ ਨੂੰ। ਸੋ ਇਸ ਲਈ ਨਤੀਜੇ ਕੀ ਹੋਣਗੇ ਇਹ 4 ਨੂੰ ਪਤਾ ਲੱਗੂਗਾ। ਫਿਲਹਾਲ ਇਹ ਰਿਪੋਰਟ ਗੌਰ ਮੰਗਦੀ ਸੀ, ਇਸੇ ਲਈ ਇਸ ਪਹਿਲੂ 'ਤੇ ਮੈਂ ਖਬਰਾਂ ਲੈ ਕੇ ਹਾਜ਼ਰ ਹਾਂ। ਤੁਸੀਂ ਵੇਖਦੇ ਰਹੋ ਲਿਬਰਲ TV, ਲੋਕਾਂ ਦੀ ਆਵਾਜ਼ ਲੋਕਾਂ ਲਈ।